ਕੇਂਦਰੀ ਕੈਬਨਟ ਨੇ ਛਤੀਸਗੜ੍ਹ, ਹਿਮਾਚਲ ਪ੍ਰਦੇਸ਼, ਤਮਿਲਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੀਆਂ ਕੁਝ ਜਾਤੀਆਂ ਨੂੰ ਅਨੁਸੂਚੀ ਜਨ ਜਾਤੀਆਂ ਦੀ ਲਿਸਟ ਵਿੱਚ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਨਵੀਂ ਦਿੱਲੀ ਵਿੱਚ ਹੋਈ ਕੈਬਨਟ ਦੀ ਮੀਟਿੰਗ ਵਿੱਚ ਇਹ ਸਬੰਧੀ ਫੈਸਲਾ ਲਿਆ ਗਿਆ। ਮਗਰੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਅਤੇ ਜਨ ਜਾਤੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹਨਾਂ ਜਾਤੀਆਂ ਦੇ ਲੋਕ ਲੰਬੇ ਸਮੇਂ ਤੋਂ ਅਨੁਸੂਚੀ ਜਨ ਜਾਤੀਆਂ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਸ ਮਾਧਿਆ ਪ੍ਰਦੇਸ਼ ਦੇ ਸਿਮੌਰਵਲ ਜ਼ਿਲ੍ਹੇ ਦੇ ਹਾਟੀ ਭਾਈਚਾਰੇ ਨੂੰ ਵੀ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲ ਗਿਆ ਹੈ ਇਸ ਨਾਲ ਉਥੋਂ ਦੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ ਅਨੁਰਾਗ ਸਿੰਘ ਠਾਕੁਰ ਨੇ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਮੰਗ ਪਿਛਲੇ ਪੰਜਾਹ ਵਰਿਆਂ ਤੋਂ ਕੀਤੀ ਜਾ ਰਹੀ ਸੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਕਿ ਕੇਂਦਰੀ ਕੈਬਨਟ ਨੇ ਅੰਡਰ 17 ਮੈਲਾ ਫੁੱਟਬਾਲ ਬਿਸ਼ਪ ਕਪਾ ਦੀ ਸਾਈਨਿੰਗ ਦੀ ਵੀ ਇਜਾਜ਼ਤ ਦੇ ਦਿੱਤੀ ਹੈ ਉਹਨਾਂ ਦੱਸਿਆ ਕਿ ਇਹ ਬਿਸ਼ਪ ਕਾ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ ਤੇ ਇਸ ਤਹਿਤ ਮੁਕਾਬਲੇ ਨਵੀਂ ਮੁੰਬਈ ਗੋਆ ਅਤੇ ਪੁਵਨੇਸ਼ਵਰ ਵਿੱਚ ਖੇਡੇ ਜਾਣਗੇ ਉਹਨਾਂ ਕਿਹਾ ਕਿ ਇਸ ਨਾਲ ਮੈਲਾ ਖਿਡਾਰੀਆਂ ਨੂੰ ਖਾਸ ਤੌਰ ਤੇ ਉਤਸ਼ਾਹ ਮਿਲੇਗਾ 11 ਅਕਤੂਬਰ ਸੇ 30 ਅਕਤੂਬਰ ਤੱਕ ਅੰਡਰ 17 ਔਮਨ ਵਰਲਡ ਵਰਲਡ ਕੱਪ ਹੋਣੇ ਜਾ ਰਹਾ ਹੈ ये उसी तर्ज पर है जैसा 2017 में अंडर 17 मेंस वर्ल्ड कप हुआ था और इस इस बार के जो अंडर 17 वुमेन फुटबॉल वर्ल्ड वर्ल्ड कप है इसमें 16 टीमें भाग लेंगी 11 अक्टूबर से 30 अक्टूबर तक किसको किया जाएगा